ਤੁਹਾਡੇ ਨਾਲ ਜਸਮੀਤ ਜੋ ਲੋਕ ਡੀਜ਼ਲ ਵਾਲੀਆਂ ਗੱਡੀਆਂ ਚਲਾਉਂਦੇ ਨੇ ਉਹਨਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਕਿਉਂਕਿ ਸਰਕਾਰ ਨੇ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ ਅਜਿਹੇ ਦੇ ਵਿੱਚ ਨੁਕਸਾਨ ਝੱਲਣਾ ਪੈ ਸਕਦਾ ਹੈ 10 ਸਾਲ ਪੁਰਾਣੀਆਂ ਗੱਡੀਆਂ ਜੋ ਹੋਣਗੀਆਂ ਜੇਕਰ ਉਹ ਤੁਸੀਂ ਸੜਕ ਤੇ ਉਤਾਰਦੇ ਹੋ ਤਾਂ ਫੜੇ ਜਾਣ ਤੇ ਜ਼ਬਤ ਕੀਤੀ ਜਾਏਗੀ ਗੱਡੀ ਤੇ ਨਾਲ ਹੀ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ ਅਜਿਹਾ ਹੋਣ ਲੱਗਿਆ ਹੈ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਦੇ ਵੱਲੋਂ ਅਜਿਹਾ ਫੈਸਲਾ ਲਿਆ ਗਿਆ ਹੈ ਅਜਿਹਾ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਰਾਜਸਤਾਨੀ ਦੇ ਵਿੱਚ ਪ੍ਰਦੂਸ਼ਣ ਲੈਵਲ ਨੂੰ ਘਟਾਇਆ ਜਾ ਸਕੇ ਐਸੇ ਦੇ ਮੱਦੇਨਜ਼ਰ ਇਹ ਫੈਸਲਾ ਜਿਹੜਾ ਉllਿਆ ਗਿਆ ਅਜਾਇਤ ਵਿੱਚ ਸਰਕਾਰ ਨੇ 1 ਲੱਖ ਵਾਹਨ ਚਾਲਕਾਂ ਨੂੰ ਝਟਕਾ ਦਿੱਤਾ ਹੈ ਸਰਕਾਰ ਨੇ 10 ਸਾਲ ਪੁਰਾਣੇ 1 ਲੱਖ ਵਾਹਨ ਚਾਲਕਾਂ ਦੀ ਰਜਿਸਟ੍ਰੇਸ਼ਨ ਨੂੰ ਖਤਮ ਕਰ ਦਿੱਤਾ ਹੈ ਇਸ ਤੋਂ ਬਾਅਦ ਇਹਨਾਂ ਗੱਡੀਆਂ ਦੇ ਮਾਲਕਾਂ ਨੂੰ ਸੜਕਾਂ ਤੇ ਗੱਡੀਆਂ ਉਤਾਰਨ ਦੇ ਲਈ ਮਸੀਬਤ ਚਲਣੀ ਪਏਗੀ ਸੜਕ ਤੇ ਫੜੇ ਜਾਂਦੇ ਸਿੱਧਾ ਗੱਡੀ ਜ਼ਬਤ ਕਰਨ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਨੇ ਹੋਰ ਵੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ 10 ਸਾਲ ਪੁਰਾਣੀਆਂ ਗੱਡੀਆਂ ਸੜਕ ਤੋਂ ਹਟਾਉਣ ਲਈ ਸਖਤ ਫੈਸਲਾ ਲਿਆ ਹੈ। ਇਹਨਾਂ ਦੇ ਵਿੱਚ ਹੁਣ ਉਹਨਾਂ ਗੱਡੀਆਂ ਚਾਲਕਾਂ ਦੀ ਪਰੇਸ਼ਾਨੀ ਵੱਸ ਸਕਦੀ ਹੈ ਜਿਨ੍ਹਾਂ ਨੇ ਹੁਣ ਤੱਕ ਇਹਨਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਸੀ ਤੇ ਨਾ ਹੀ ਹੋਰ ਕੋਈ ਵਿਕਲਪਕ ਵਿਵਸਥਾ ਜਿਹੜੀ ਉਹ ਕੀਤੀ ਸੀ। ਐਸੇ ਨਾਲ ਹੀ ਸਰਕਾਰ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ रियायत ਹੈ ਜਿਹੜੀ ਉਹਨਾਂ ਨੂੰ ਨਹੀਂ ਮਿਲੇਗੀ। ਇਹਨਾਂ ਵਾਹਨਾਂ ਦੇ ਨੰਬਰ ਨੂੰ ਦੇਖਣ ਲਈ ਸਰਕਾਰ ਦੀ ਵੈੱਬਸਾਈਟ ਤੇ ਜਾ ਕੇ ਤੁਸੀਂ ਡਿਟੇਲ ਵੇਖ ਸਕਦੇ ਹੋ। ਸਰਕਾਰ ਦੇ ਅਨੁਮਾਨ ਦੇ ਮੁਤਾਬਕ 10 ਸਾਲ ਪੁਰਾਣੀ ਡੀਜ਼ਲ ਗੱਡੀ ਦੀ ਕਰੀਬ 1 ਲੱਖ ਗੱਡੀ ਦੇ ਮਾਲਕਾਂ ਨੂੰ ਝਟਕਾ ਲੱਗਿਆ ਹੁਣ ਇਹ ਗੱਡੀਆਂ ਸੜਕ ਤੇ ਨਹੀਂ ਚੱਲਣਗੀਆਂ ਸਰਕਾਰ ਨੇ ਇਹਨਾਂ ਨੂੰ ਸੜਕ ਤੇ ਚੱਲਣ ਲਈ ਨਜਾਇਜ਼ ਕਰਾਰ ਜਿਹੜਾ ਗੈਰ ਕਾਨੂੰਨੀ ਕਰਾਰ ਮਾਫ ਕਰਨਾ ਗੈਰ ਕਾਨੂੰਨੀ ਕਰਾਰ ਹੈ ਜਿਹੜਾ ਉਹ ਦੇ ਦਿੱਤਾ ਹੈ ਤਾਂ ਦੱਸਦੀ ਕਿ ਸਰਕਾਰ ਦੀ ਸ਼ਕਤੀ ਦੇ ਵਿੱਚ ਜੇਕਰ ਤੁਸੀਂ ਇਹਨਾਂ ਗੱਡੀਆਂ ਨੂੰ ਜ਼ਬਰੀ ਸੜਕ ਤੇ ਲੈ ਕੇ ਆਉਨੇ ਹੋ ਤਾਂ ਆਪਣੇ ਲਈ ਮੁਸੀਬਤ ਤੁਸੀਂ ਖੁਦ ਸਹਿੜੋਗੇ ਅਜਿਹੇ ਦੇ ਵਿੱਚ ਤੁਹਾਡੀ ਗੱਡੀ ਹੈ ਜਿਹੜੀ ਉਹ ਜ਼ਬਤ ਕਰ ਲਈ ਜਾਏਗੀ ਤੇ ਤੁਹਾਨੂੰ ਜ਼ੁਰਮਾਨਾ ਵੀ ਪਰਨਾ ਪੈ ਸਕਦਾ ਹੈ ਸੁਪਰੀਮ ਕੋਰਟ ਦੀ ਹੁਕਮਤ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਤੇ 10 ਸਾਲ ਪੁਰਾਣੇ ਵਾਹਨ ਚਲਾਉਣਾ ਹੁਣ ਗੈਰ ਕਾਨੂੰਨੀ ਹੋਏਗਾ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੀ ਗੱਡੀ ਸਬਤ ਹੋਣ ਦੇ ਨਾਲ ਨਾਲ ਹੀ 10000 ਰੁਪਏ ਜੁਰਮਾਨਾ ਤੁਹਾਨੂੰ ਲੱਗੇਗਾ ਇਸ ਬਾਬਤ 9 ਸਾਲ ਦੇ ਨਾਲ ਹੀ ਦਿੱਲੀ ਪਰਵਹਨ ਵਿਭਾਗ ਸ਼ਕਤੀ ਦੇ ਨਾਲ ਇਹ ਕਾਨੂੰਨ ਹੈ ਜਿਹੜਾ ਲਾਗੂ ਕਰਨ ਜਾ ਰਿਹਾ ਹੈ ਸ਼ਕਤੀ ਦਿੱਲੀ ਦੇ ਵਿੱਚ ਜਾਰੀ ਰਹੇਗੀ ਕਿਉਂਕਿ ਦਿੱਲੀ ਸਰਕਾਰ ਪ੍ਰਦੂਸ਼ਣ ਘਟਾਉਣ ਦੇ ਬਾਰੇ ਸੋਚ ਰਹੀ ਹੈ ਤੇ ਜੇਕਰ ਤੁਹਾਡੇ ਕੋਲ ਵੀ 10 ਸਾਲ ਪੁਰਾਣੀ ਡੀਜ਼ਲ ਗੱਡੀ ਹੈ ਤਾਂ ਇਹ ਸਮੱਸਿਆ ਤੁਹਾਨੂੰ ਵੀ ਜ਼ਰੂਰ ਆਏਗੀ ਕਿਉਂਕਿ ਤੁਸੀਂ ਵੀ ਪਰੇਸ਼ਾਨ ਹੋਗੇ ਤੇ ਖਾਸ ਕਰ ਉਹ ਲੋਕ ਪਰੇਸ਼ਾਨ ਹੋਣਗੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਨਹੀਂ 시 ਕਰਵਾਈ ਇੱਕ ਵਾਰ ਫਿਰ ਤੋਂ ਦੱਸ ਦਿਆਂ ਕਿ ਡੀਜ਼ਲ ਗੱਡੀ ਮਾਲਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਸਰਕਾਰ ਨੇ ਰਜਿਸਟ੍ਰੇਸ਼ਨ ਕੈਨਸਲ ਕਰ ਦਿੱਤੀ ਹੈ ਰੱਦ ਕਰ ਦਿੱਤੀ ਹੈ ਰਜਿਸਟ੍ਰੇਸ਼ਨ 10 ਸਾਲ ਪੁਰਾਣੀਆਂ ਗੱਡੀਆਂ ਡੀਜ਼ਲ ਵਾਲੀਆਂ ਗੱਡੀਆਂ ਜੇਕਰ ਤੁਹਾਡੇ ਕੋਲ ਨੇ ਤਾਂ ਤੁਸੀਂ ਹੁਣ ਆਪਣੀਆਂ ਗੱਡੀਆਂ ਸੜਕਾਂ ਤੇ ਨਹੀਂ ਲਿਆ ਸਕਦੇ ਕਿਉਂਕਿ ਸਰਕਾਰ ਨੇ ਫੈਸਲਾ ਲਿਆ ਹੈ ਕਿ ਪ੍ਰਦੂਸ਼ਣ ਜਿਹੜਾ ਘਟ ਕੀਤਾ ਜਾਏ। ਰਾਜਧਾਨੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਲੈਵਲ ਹਮੇਸ਼ਾ ਵੱਧ ਹੈ। ਜਿਸ ਨੂੰ ਲੈ ਕੇ ਬਹੁਤ ਵਾਰ ਬਹੁਤ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ। ਤੇ ਕਈ ਤਰ੍ਹਾਂ ਦੀਆਂ ਦੁਸ਼ਨਾਜ਼ੀਆਂ ਵੀ ਪਾਰਟੀਆਂ ਕਰਦੀਆਂ ਰਹੀਆਂ, ਪੋਲਿਟੀਕਲ ਪਾਰਟੀਆਂ ਕਰਦੀਆਂ ਰਹੀਆਂ। ਹੁਣ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਤੁਸੀਂ ਰਾਜਧਾਨੀ ਦਿੱਲੀ ਦੇ ਵਿੱਚ ਨਹੀਂ ਚਲਾ ਸਕੋਗੇ। ਜੇਕਰ ਤੁਸੀਂ ਅਜਿਹਾ ਕਰਦੇ ਹੋਏ ਫਿਰ ਵੀ ਫੜੇ ਜਾਂਦੇ ਹੋ ਤਾਂ ਤੁਹਾਡੀ ਗੱਡੀ ਨੂੰ ਬੌਂਡ ਕੀਤਾ ਜਾਏਗਾ। ਤੇ ਨਾਲ ਹੀ 10000 ਰੁਪਏ ਜੁਰਮਾਨਾ ਜਿਹੜਾ ਤੁਹਾਨੂੰ ਭਰਨਾ ਪਏਗਾ। ਰਜਿਸਟ੍ਰੇਸ਼ਨ ਸਰਕਾਰ ਦੇ ਵੱਲੋਂ ਖਤ ਕਰ ਦਿੱਤੀ ਗਈ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਉਹਨਾਂ ਲੋਕਾਂ ਤੇ ਗਾਸ ਡਿੱਗੀ ਹੈ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੈ ਤੇ ਖਾਸ ਕਰਕੇ ਜਿਨ੍ਹਾਂ ਦੇ ਕੋਲ ਡੀਜ਼ਲ ਵਾਲੀਆਂ ਗੱਡੀਆਂ ਨੇ ਡੀਜ਼ਲ ਗੱਡੀਆਂ ਲੈ ਕੇ ਤੁਸੀਂ ਦਿੱਲੀ ਦੀਆਂ ਸੜਕਾਂ ਤੇ ਨਹੀਂ ਘੁੰਮ ਸਕੋਗੇ ਹੁਣ ਤੁਹਾਨੂੰ ਖਾਸ ਕਰਕੇ ਜਿਨ੍ਹਾਂ ਨੇ ਹੁਣੇ ਗੱਡੀਆਂ ਖਰੀਦੀਆਂ ਹੋਣਗੀਆਂ ਪੁਰਾਣੀਆਂ ਗੱਡੀਆਂ ਲਈਆਂ ਹੋਣਗੀਆਂ ਜਿਨ੍ਹਾਂ ਦਾ ਮਾਡਲ 10 ਕੁ ਸਾਲ ਪੁਰਾਣਾ ਹੋਏਗਾ ਉਹ ਲੋਕ ਨੇ ਜਿਹੜੇ ਉਹ ਨਹੀਂ ਰੱਖ ਸਕਣਗੇ ਇਹ ਗੱਡੀਆਂ ਖਾਸ ਕਰ ਉਹਨਾਂ ਲੋਕਾਂ ਨੂੰ ਵੱਡਾ ਜਿਹੜਾ مالی ਨੁਕਸਾਨ ਚ ਲੱਣਾ ਪੈ ਸਕਦਾ ਕਿਉਂਕਿ ਅਕਸਰ ਅਸੀਂ ਵੀ ਦੇਖਦੇ ਆ ਆਪਾਂ ਦੇਖਦੇ ਆ ਕਿ ਕੁਝ ਲੋਕ ਪੈਸੇ ਦੀ ਖਾਤਰ ਜਾਂ ਜਿੰਨੇ ਪੈਸੇ ਉਹਨਾਂ ਦੇ ਹਿਸਾਬ ਦੇ ਨਾਲ ਆਉਂਦੇ ਨੇ ਪੁਰਾਣੀ ਗੱਡੀ ਖਰੀਦ ਲੈਂਦੇ ਨੇ ਡੀਜ਼ਲ ਗੱਡੀਆਂ ਅਸਲੀ ਵੀ ਖਰੀਦੀਆਂ ਜਾਂਦੀਆਂ ਨੇ ਕਿਉਂਕਿ ਡੀਜ਼ਲ ਪੈਟਰੋਲ ਦੇ ਨਾਲੋਂ ਸਸਤਾ ਮਿਲਦਾ ਹੈ ਪਰ ਹੁਣ ਡੀਜ਼ਲ ਗੱਡੀਆਂ ਚਲਾਉਣ ਵਾਲਿਆਂ ਤੇ ਗਾਜ਼ ਦਿੱਲੀ ਸਰਕਾਰ ਨੇ ਸੁੱਟੀ ਹੈ ਕਿਉਂਕਿ ਡੀਜ਼ਲ ਗੱਡੀਆਂ ਜੋ 10 ਸਾਲ ਪੁਰਾਣੀਆਂ ਨੇ ਤੁਸੀਂ ਉਹਨਾਂ ਨੂੰ ਨਹੀਂ ਚਲਾ ਸਕੋਗੇ ਭਾਵ ਥੋੜੀਆਂ ਗੱਡੀਆਂ ਹੁਣ ਕਬਾੜ ਬਣ ਗਈਆਂ ਨੇ ਦਿੱਲੀ ਦੇ ਵਿੱਚ ਥੋੜੀਆਂ ਗੱਡੀਆਂ ਕਬਾੜ ਬਣ ਗਈਆਂ ਨੇ ਤੁਸੀਂ ਇਹ ਗੱਡੀਆਂ ਨਹੀਂ ਚਲਾ ਸਕੋਗੇ ਤੇ ਜੇਕਰ ਤੁਸੀਂ ਇਹ ਗੱਡੀਆਂ ਧੱਕੇ ਦੇ ਨਾਲ ਜ਼ਬਰਦਸਤੀ ਸਰਕਾਰੀ ਨਿਯਮਾਂ ਦੇ ਉਲਟ ਜਾ ਕੇ ਸੜਕ ਤੇ ਲਾ ਕੇ ਆਉਣੀ ਹੋ ਡਰਾਈਵ ਕਰ ਦਿਓ ਤਾਂ ਤੁਹਾਡੀ ਗੱਡੀ ਜ਼ਬਤ ਕਰ ਲਈ ਜਾਏਗੀ ਤੇ ਨਾਲ ਹੀ ਤੁਹਾਨੂੰ ਭਰਨਾ ਪਏਗਾ 10000 ਤੱਕ ਦਾ ਜ਼ੁਰਮਾਨਾ